खबर है कि पुलिस अधिकारी ने ए इकबाल कीता है कि उसने अपनी ड्यूटी के दौरान बहुत सारे झूठे पुलिस मुकाबलों दौरान कई नौजवानों नूं मौत के घाट उतारा। सुरजीत सिंह नाम का पुलिस अधिकारी दसदा है कि वह 1993 के साल च एक सिपाही के तौर पर पुलिस भर्ती होया सी, पर उसनू थाना मेहता का SHO ला दिता गया। की कारण सी उसनू थाना मेहता का SHO लाने का? उसने दसिया कि कई वड्डे पुलिस अधिकारियों नूं उसनू अजिहा करन लई हुक्म दित्ते सन अते हुक्मां दी तामील ना करन दे नतीजे वजों धमकाया अते ब्लैकमेल कीता जांदा सी। सुरजीत सिंह ने यह भी दस्सिया कि नौजवानों नूं झूठे पुलिस मुकाबलियां च मारन बदले उसनू शाबाश मिलदी सी अते तरक्कियां दर तरक्कियां मिलदियां रहियां, पर सुरजीत सिंह नूं बाद च पता चलिया कि यह तरक्कियां दे बाद भी वह ORP रैंक का सब इंस्पैक्टर ही है। अतवाद के दिनों के दौरान पंजाब च पुलिस वालों हजारा नौजवानों बेगुनाह ही मार दिए जाने दी घटनावां दी पड़ताल लई मनुखी अधिकार कारकुन जसवंत सिंह खानड़ा ने लंबा समा संघर्ष किया ते बाद च उन्हां नूं भी कथित तौर ते गायब कर दिता गया सी। इकल्ले अमृतसर जिले च कोई 25,000 के करीब नौजवानों दीआं लाशां नूं अणपछातियां लाशां करार दे के उन्हां दा संस्कार कर दिता गया सी। इस दौरान होर भी कई मनुखी अधिकार जथेबंदियां ने झूठे मुकाबलियां दीआं वारदातां दी CBI तों पड़ताल कराउण दी मंग कीती सी। अजिहे च पुलिस अधिकारी सुरजीत सिंह दा इकबाले जुर्म काफी अहमियत रखदा है। सुरजीत सिंह ने दावा कीता कि उसने 83 बेकसूर नौजवानों नूं झूठे पुलिस मुकाबलियां च कतल कीता, जबकि जिहड़े सही ढंग नाल असल दे विच मुकाबले होए सन उन्हां दी गिणती किते ज्यादा है। ਨਵੇਂ ਚ ਟ੍ਰੇਨਿੰਗ ਤੇ ਚਲ ਗਿਆ, 90 ਟ੍ਰੇਨਿੰਗ ਕਰ ਗਿਆ। ਆਉਂਦੇ ਮੈਨੂੰ 2 ਮਹੀਨੇ ਮੈਂ ਜਾਂ 1 ਮਹੀਨਾ SHO ਨਾਲ ਰਿਹਾ, ਯਾਦ ਨਹੀਂ ਮੈਨੂੰ ਪੂਰਾ ਹਲੇ। ਉਸ ਤੋਂ ਬਾਅਦ ਮੈਨੂੰ ਜਿਹੜੇ SHO ਨਾਲ ਮੈਂ ਗਨਮੈਨ ਸਰਬਜੀਤ ਭੰਦੇਰ SP ਰਿਟਾਇਰ ਹੋ ਗਏ, ਉਹਨਾਂ ਜਿਹਨਾਂ ਨਾਲ ਮੈਂ ਗਨਮੈਨ ਸੀ ਉਹਨਾਂ ਨੂੰ ਪੁੱਟ ਕੇ ਮੈਨੂੰ SHO ਲਾ ਦਿੱਤਾ। ਇੱਕ ਇੰਸਪੈਕਟਰ ਮੇਰੇ ਨਾਲ ਚੌਂਕੀ ਜੱਜ ਲਾ ਦਿੱਤਾ ਤੇ ਇਹਨਾਂ ਨੂੰ ਚੌਂਕੀ ਜੱਜ ਲਾ ਦਿੱਤਾ ਤੇ ਮੈਨੂੰ ਸਿਪਾਹੀ ਨੂੰ SHO ਲਾ ਦਿੱਤਾ। ਤਰੱਕੀ ਦੇ ਕੇ ਰਾਤੋਂ ਰਾਤ ਉਹਦੇ ਦਾ ਕਾਰਨ ਕੀ ਸੀ? ਉਹ ਨਹੀਂ ਹਟਾਕ ਨਹੀਂ, ਉਹਦਾ ਕਾਰਨ ਕੀ ਸੀ? ਉਹ ਗਿੱਲ ਸਾਹਿਬ ਜਾਣਦੇ ਜਾਂ ਮੈਨੂੰ ਪਤਾ ਕਾਰਨ ਕੀ ਸੀ, ਕੀ ਮੈਂ ਕੀਤਾ? ਜਾਂ ਗਿੱਲ ਸਾਹਿਬ ਪੁੱਛਿਆ ਵੀ ਕੀ ਇਹਦੇ ਕੋਲ ਕਰਾਇਆ ਤੂੰ? ਕਸੂਰ ਵਾਲੇ ਮਾਰੇ ਆ ਤੇ ਬੇਕਸੂਰੇ ਵੀ ਲਿਆ ਕੇ ਮੈਨੂੰ ਦਿੱਤੇ ਵੀ ਤੂੰ ਮਾਰ ਦੇ। ਮੈਨੂੰ ਨੀ ਪਤਾ ਮੈਂ ਕਸੂਰ ਹੈਗਾ ਨਹੀਂ ਹੈਗਾ, ਪਰ ਮੈਨੂੰ ਕਹਿਤਾ ਵੀ ਇਹਨੂੰ ਸ਼ਾਮ ਨੂੰ ਜਵਾਬ ਮਿਲਣਾ ਚਾਹੀਦਾ ਵੀ ਮੇਰੀ ਜਿਹੜੀ ਮੇਰੀ ਜਾਨ ਨੂੰ ਖਤਰਾ ਵਾ। ਮੈਨੂੰ ਕੱਲ SSP ਨੇ ਅੰਦਰ ਸੱਦ ਕੇ ਕਹਿਤਾ ਵੀ ਤੂੰ ਦਰਿਆ ਚ ਹੋਏਗਾ, ਦਰਿਆ ਚ ਮੈਨੂੰ ਗਿੱਲ ਸਾਹਿਬ ਨੇ ਹੁਕਮ ਦਿੱਤਾ ਵੀ ਬਿਆਸ ਰੋੜ ਦੋ ਤੇ ਮੈਨੂੰ ਹੁਣ ਵੀ ਮੈਂ ਆ ਤੇ ਮੈਂ ਨਾਲ ਲੈ ਕੇ ਆਵਾਂ ਭਾਜੀ ਨੇ ਵੀ ਮੇਰੇ ਨਾਲ ਚੱਲੋ ਮੇਰੀ ਜਾਨ ਨੂੰ ਖਤਰਾ ਜੇ ਤੇ ਮੈਨੂੰ ਜੇ ਮੇਰਾ ਕੋਈ ਵੀ ਹੈਗਾ ਜੇ ਮੇਰੀ ਸਿਕਿਉਰਿਟੀ ਜੋ ਵੀ ਬਣਦੀ ਮੇਰੀ ਮੇਰੀ ਸਿਕਿਉਰਿਟੀ ਦਿੱਤੀ ਜਾਵੇ ਤੇ ਮੈਨੂੰ ਕਿਸੇ ਰੈਂਕ ਨਾ ਭੁੱਖ ਨਹੀਂ ਗਈ, ਮੈਨੂੰ ਕਿਸੇ ਨੌਕਰੀ ਦਾ ਭੁੱਖ ਨਹੀਂ ਗਈ, ਮੈਂ ਆਪਣੀ ਜਾਨ ਇਹਦੀ ਮੈਨੂੰ ਮੇਰੀ ਜਾਨ ਨੂੰ ਖਤਰਾ ਜੇ ਤੇ ਹੋ ਸਕਦਾ ਗਿੱਲ ਮੈਨੂੰ ਕਿਤੇ ਝੁਕੇ ਕਿਉਂਕਿ ਮਰਵਾ। ਅਸੀਂ ਦੇਖਿਆ ਕਿ ਸੁਰਜੀਤ ਸਿੰਘ ਸਬ ਇੰਸਪੈਕਟਰ ਇਹ ਗੱਲ ਆਪਣੇ ਮੂੰਹੋਂ ਮੰਨ ਰਹੇ ਨੇ ਕਿ ਉਨ੍ਹਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕਤਲ ਕੀਤਾ, ਉਨ੍ਹਾਂ ਨੂੰ ਜਾਨ ਤੋਂ ਮਾਰਿਆ। ਉਨ੍ਹਾਂ ਦੇ ਵਿੱਚ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਸੁਰਜੀਤ ਸਿੰਘ ਨੇ ਇਹ ਗੱਲ ਕਹੀ ਹੈ ਕਿ ਉਨ੍ਹਾਂ ਨੂੰ KPS ਗਿੱਲ ਵੱਲੋਂ ਅਜਿਹਾ ਕਰਨ ਲਈ ਕਿਹਾ ਗਿਆ ਸੀ ਅਤੇ ਹੁਣ ਉਨ੍ਹਾਂ ਨੂੰ ਉਸ ਦੀ ਜਾਨ ਤੋਂ ਖਤਰਾ ਹੈ। ਸਬ ਇੰਸਪੈਕਟਰ ਸੁਰਜੀਤ ਸਿੰਘ ਦੇ ਇਸ ਵੱਡੇ ਖੁਲਾਸੇ ਦੇ ਬਾਅਦ ਮਨੁੱਖੀ ਅਧਿਕਾਰ ਜਥੇਬੰਦੀ ਦੇ ਆਗੂ ਕਿਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਇਸ ਪੂਰੇ ਮਾਮਲੇ ਦੀ ਪੜਤਾਲ CBI ਤੋਂ ਕਰਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜਾ ਕੇ ਫਰਿਆਦ ਕਰਨਗੇ। ਕਿਰਪਾਲ ਸਿੰਘ ਰੰਧਾਵਾ ਜਿਹੜੇ ਮਨੁੱਖੀ ਅਧਿਕਾਰ ਜਥੇਬੰਦੀ ਦੇ ਆਗੂ ਨੇ, ਉਨ੍ਹਾਂ ਨੇ ਇਹ ਸਾਰੇ ਖੁਲਾਸੇ ਦੇ ਵਿੱਚ ਸਬ ਇੰਸਪੈਕਟਰ ਸੁਰਜੀਤ ਸਿੰਘ ਦੀ ਮਦਦ ਕੀਤੀ। ਉਹ ਸੁਰਜੀਤ ਸਿੰਘ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਆਏ, ਉਸ ਨੂੰ ਅੱਗੇ ਲੈ ਕੇ ਆਏ ਅਤੇ ਸੁਰਜੀਤ ਸਿੰਘ ਜਿਹੜੇ ਸਬ ਇੰਸਪੈਕਟਰ ਸਨ ਉਨ੍ਹਾਂ ਨੇ ਇਹ ਵੱਡਾ ਖੁਲਾਸਾ ਕੀਤਾ ਜਿਸ ਦੇ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਡੇ ਸਕਤੇ ਦੇ ਵਿੱਚ ਆ ਸਕਦੀ ਹੈ। ਕਿਰਪਾਲ ਸਿੰਘ ਰੰਧਾਵਾ ਦਾ ਕੀ ਕਹਿਣਾ, ਆਓ ਸੁਣਦੇ ਹਾਂ। ਇਹਨਾਂ ਨੂੰ SHO ਰਾਤੋਂ ਰਾਤ ਜਦੋਂ ਕਿ ਸਿਪਾਹੀਆਂ ਨੂੰ ਇਸ ਕਰਕੇ ਲਾਇਆ ਵੀ ਇਹਨਾਂ ਕੋਲ ਜਾਇਜ਼ ਨਜਾਇਜ਼ ਅਸੀਂ ਕੰਮ ਕਰਵਾ ਸਕੀਏ। ਉਹਨਾਂ ਨੇ ਮੈਨੂੰ ਸਾਰੀ ਹਕੀਕਤ ਦੱਸੀ ਆ, ਤਕਰੀਬਨ ਘੱਟੋ ਘੱਟ 83 ਬੰਦਿਆਂ ਦੀਆਂ ਲਿਸਟ ਜਿਹੜੀ ਆ ਨਾ ਇਹ ਬੰਦਾ ਯਾਰੀ ਮੈਨੂੰ ਸੌਂਪ ਦਿੱਤੀ ਇਹਨੇ ਵੀ 83 ਬੰਦੇ ਅਸੀਂ ਮਾਰੇ ਨਜਾਇਜ਼, ਔਰ ਜਿਹੜੇ ਜਾਇਜ਼ ਮਾਰੇ ਆ ਮੁਕਾਬਲੇ ਹੋ ਗਏ ਉਹ ਠੀਕ ਵੱਖਰੇ ਆ, ਔਰ ਇੰਨੇ ਬੰਦਿਆਂ ਦੀਆਂ ਮੈਂ ਜਿਹੜੇ ਮੇਰੇ ਕੋਲ ਨਜਾਇਜ਼ ਕੰਮ ਮੈਨੂੰ ਲਾਲਚ ਦਿੱਤਾ ਗਿਆ, ਮੈਨੂੰ ਥ੍ਰੈਟ ਕੀਤਾ ਗਿਆ ਜੇ ਤੂੰ ਆਹ ਇੱਕ ਕਰ ਦਿੱਤਾ ਜੇ ਆਹ ਨਾ ਮਾਰਿਆ ਤਾਂ ਤੈਨੂੰ ਮਾਰ ਦਿਆਂਗਾ, ਔਰ ਮੈਂ ਡਰਦੇ ਹੋਏ ਸਾਰਾ ਕੁਝ ਇਹਨਾਂ ਦੇ ਸੰਪਰਕ ਚ ਆ ਕੇ ਇਹਨਾਂ ਦੇ ਭੈ ਥੱਲੇ ਸਾਰਾ ਕੁਝ ਕਰਦਾ ਰਿਹਾ,
और ये हुण सिक्योरिटी की भी मांग करता है और मैं चाहता ये मसला सारा जरा मैं हाई कोर्ट के एक अद्धे दिन हाई कोर्ट च करके और यह मसला डिकलेयर करूंगा सीबीआई तो इनक्वायरी की मांग करूंगा हाई कोर्ट तो चीफ जस्टिस को भी ए सीबीआई इनक्वायरी करे जिस तरह खालड़ा केस की गई इनक्वायरी ए भी इनक्वायरी दोबारा चालू करके दसिया जाए लोगों को पता लग सके भी पुलिस ने जायज नजायज काम की किए अतवाद आड़ थले पैसे लैन करके अहदे लैन करके पुलिस अफसर ने कितना बंदे मारे पंजाब पुलिस के तरन तारण तैनात एक सब इंस्पैक्टर सुरजीत सिंह ने एक वड्डा खुलासा करके जो सारा भांडा है झूठे पुलिस मुकाबले का वह पंजाब पुलिस के उस वेले के मुखी केपीएस गिल के सिर ते भन्निया। उन्होंने कहा कि केपीएस गिल के कहण के उत्ते उन्होंने 83 बेकसूर नौजवानों झूठे पुलिस मुकाबला बना के उन्होंने मौत के घाट उतारिया। उन्होंने यह खुलासा पंजाब मनुखी अधिकार जी जथेबंदी है उसके एक अहम आगू किरपाल सिंह रंधावा की मौजूदगी दे विच पत्रकारों के सामने किया। बहुत बड़ा खुलासा है, इस दे नाल पंजाब सरकार अते पंजाब पुलिस किते ना किते सवालों के घेरे में आ जाएगी। उन्होंने जवाब देने होंगे इन्हां सारियां गल्लां दे इन्हां सारे सवालों के जिहड़े सब इंस्पैक्टर सुरजीत सिंह ने उठाए ने। इस सारी खबर के उत्ते सारे मामले के उत्ते तरन तारण तो साडे पत्रकार धर्मवीर मल्हार इस वेले फोन लाइन से जुड़े हुए ने। पिछली शाम तो लैके हुण तक रात दे विच की होया ए सारी घटना बारे असीं जानकारी लैने कि सुरजीत सिंह दा हाल इस वेले की है। तरन तारण तो धर्मवीर मल्हार साडे नाल जुड़े हुए ने। धर्मवीर एक बहुत वड्डा खुलासा होया पुलिस दा, पंजाब पुलिस दा इस ते प्रतिक्रम की है? जी इस मामले से जी पंजाब पुलिस है वह बहुत ज्यादा सख्ते के पुलिस के जो वे वे आला अधिकारी वक् वक् जिले में तैनात ने उन्होंने अपनी नौकरी का इतों तक भी उन्होंने आने वाले समय के जी कानूनी प्रक्रिया का सामना करना वह फिक्र पिया हुआ वा। और तरन तारण पुलिस वालों इस मामले से जो सुरजीत सिंह वालों खुलासा किया गया मीडिया सामने और इस मामले दबाने वास्ते पुलिस के आला अधिकारियों वालों हर संभव कोशिश की गई है। और मैं दसना चाहना भी जो मामले का खुलासा किया गया तरन तारण के एस एस पी राजीव सिंह हुंदल के नाल जो मीडिया ने संपर्क किया वा तो उन्होंने बिल्कुल पत्रकारों के नाल मिलने को मना कर दिया वा। और अक्सर ही वो अपने अंदाज के मीडिया तो दूर रहते हैं और जो उन्होंने शाम को पता चला वा भी मीडिया वालों खबर जी नशर की जा रही उस तो बाद उन्होंने कुछ अधिकारियों वक् वक् पत्रकारों को भेज के खबर जी रुकवाने वास्ते ना किसी भी कीमत से खबर रुकने वास्ते कहा गया वा जिसके करके पत्रकार भाईचारे भी इस गल रोस पा रहे भी पुलिस जी मीडिया ने दबाने की कोशिश कर रही है। जबकि सुरजीत सिंह जहाज ने अहम खुलासा किया इस मामले का उसका मोबाइल जो रात का स्विच ऑफ आ रहा वह लगातार इस गल बार बार कह रहा है। कल जो मीडिया सामने पेश हो मेरी जान को किसी वाले भी खतरा वा मैं तरन तारण पुलिस खत्म कर सकती है। उन्हें इतों तक यह भी कबूल किया तरन तारण के एस एस पी राज सिंह राजीव सिंह हुंदल जोड़े ने उन्होंने मैंने चिरम धमकी दी थी तेरी जी लाश है वो दरिया ब्यास के मिलेगी जिसको जसवंत सिंह खलड़ा की लाश मिली है जिदे करके एक काफी जरा मामला पुचीदा बनता जा रहा है। और जरा राजीव सिंह एस एस पी आना वालों किसी भी तरह का मीडिया को पक्ष देना तो गुरेज करना उस गल भी काफी ज्यादा मेरे चर्चा हो रही है। जबकि जिहड़े किरपाल सिंह रंधावा ने मनुखी अधिकार सभा के आगू उन्होंने कहना वा कि सीबीआई की जांच जो होगी और सीबीआई के सामने अहम खुलासे किए जाएंगे और 83 नौजवान जो बेकसूर मर गए उन्होंने कतल का पर्दाफाश किया जाएगा। धर्मवीर एक गल दसो कि इस वेले सुरजीत सिंह कित्थे ने की आजादी नाल विचर रहे लोगों के अपनी ड्यूटी निभा रहे ने या वह गुप्त हो गए ने कितने? जी सुरजीत सिंह जिहड़े ने उन्हां दी ड्यूटी पुलिस लाइन विच कीती गई है और देर शाम नूं पता लगा वा भी जदों अपना तरन तारण की पुलिस नूं पता लगा पुलिस प्रशासन नूं भी अपना सुरजीत सिंह ने अपना जिहड़ा जबान खोल ली है और तरन तारण दे विच जिहड़ी खोली जबान है पूरे पंजाब दे उत्तर थली मचा देगी पंजाब सरकार ते पंजाब पुलिस वास्ते। और उस समय तो वह अपना सुरजीत सिंह जिहड़ा अपने आप नूं काफी मतलब तनाव महसूस कर रहा है। और सब तो वड्डी गल है भी रात को तरन तारण पुलिस ने दावा किया भी जो सुरजीत सिंह आ शनिवार को एस एस पी दफ्तर के जो आया वा तो उन्हें उत्थे आके हड़दंग मचाया वा उत्थे हल्ला गुला करने की कोशिश की उस तो बाद उसका मेडिकल करवाया और देर शाम को कल एतवार शाम को मतलब सुरजीत सिंह जो सब इंस्पैक्टर सस्पेंड कर दिया गया। सुरजीत सिंह इंस्पैक्टर सब इंस्पैक्टर सुरजीत सिंह ने केपीएस गिल का नाम खुले तौर पर लिया मीडिया के सामने लिया कैमरे के सामने लिया की किसी होर अधिकारी का नाम भी लै रहे हैं सब इंस्पैक्टर सुरजीत सिंह? जी इस मामले के सब तो वड्डी गल है जदों अतवाद जोबन दिते सी साल 1999 के उदों अमृतसर देहाती थाना जिहड़ा उहनूं मजीठा पुलिस जिहड़ा उहनूं कहा जांदा उत्थे एस एस पी परमजीत सिंह गिल जिहड़े उह तैनात सी जिहड़े अज लुधियाणे दे कमिश्नर ने और आई जी रंग दे अधिकारी ने उहनां दे कहिण दे उत्ते उहदा सुरजीत सिंह का दावा भी मतलब अपना परमजीत सिंह गिल जिहड़े एस एस पी सी उस समय दे उन्होंने मतलब एक मैनूं सिपाही तो सीधा मतलब थानेदार की कुर्सी से बिठाया से एक इंस्पैक्टर जरा उन्होंने रिटायर किया और इस मामले में इवें लगता वा जिवें परमजीत सिंह गिल की जी भूमिका वा उहदे ते सवाल चिन्ह लग रहे हैं। परमजीत सिंह गिल केपीएस गिल अते होर भी कई अधिकारी सामने आ सकते ने। धर्मवीर की इस नूं जिहड़े सब इंस्पैक्टर सुरजीत सिंह ने एक वड्डा खुलासा किया
काफी खुल के अगे आए ने मीडिया के सामने, कुछ कारण हुए होंगे जिन्हों के कारण उन्होंने अगे आना पाया, की कोई होर खुलासे कर सकते ने? जी सुरजीत सिंह दा बार बार एहो कहना वा कि मतलब उहदे तों बार बार जिहड़े मतलब अपना अत्तवादी कतल करवाए जांदे रहे, बेकसूर नौजवान मरवाए जांदे रहे, जबकि उहदा रिंग जिहड़ा ओआरपी रख्या गया उहनूं सब तों ज्यादा गुस्सा आई आ। और उह कहिंदा वा कि सब तों पहिलां मैं इंसाफ लैण वास्ते पुलिस दे आला अधिकारियां कोल गया वा, सरकार दे नुमाइंदा तक गया, जदों उहदी सुनवाई नहीं हुई ते साल 2012 दे विच उहने कि पंजाब हरियाणा हाई कोर्ट विच इक पटीशन दायर कीती अपनी सिक्योरिटी वास्ते, और हाई कोर्ट वल्लों सिद्धे तौर ते आदेश दित्ते गए वी मतलब सुरजीत सिंह जिहड़ा इहनूं बंदी सिक्योरिटी दित्ती जावे, जिहड़ा इहदा बंदा रैंक नूं दित्ता जावे। और हाई कोर्ट दे हुक्म ਦੇ ਬਾਵਜੂਦ ਵੀ ਜਦੋਂ ਮਤਲਬ ਤਰਨ ਤਾਰਨ ਪੁਲਿਸ ਨੇ ਤੇ ਹੋਰ ਜਿਹੜੇ ਪੁਲਿਸ ਦੇ ਵਾਲਾ ਅਧਿਕਾਰੀ ਉਹਨਾਂ ਸੁਣਵਾਈ ਨਹੀਂ ਕੀਤੀ, ਉਹਨੂੰ ਬਰਾਬਰ ਦਾ ਰੈਂਕ ਨਹੀਂ ਦਿੱਤਾ, ਸੀਨੀਓਰਟੀ ਬੰਦੀ ਸੀ, ਉਸ ਤੋਂ ਬਾਅਦ ਹੀ ਉਹ ਜਿਹੜਾ ਵਾ ਸੁਰਜੀਤ ਸਿੰਘ ਉਹਨੇ ਹਮਲਾਵਰ ਰੁੱਖ ਤਿਆਰ ਕੀਤਾ ਵਾ। ਔਰ ਸੁਰਜੀਤ ਸਿੰਘ ਦਾ ਕਹਿਣਾ ਵਾ ਵੀ ਉਹ ਜਿਹੜਾ ਇਹ ਗੱਲਾਂ ਬਿਆਨ ਕਰ ਰਿਹਾ ਵਾ ਉਹ ਆਪਣੀ ਜ਼ਮੀਰ ਦੀ ਆਵਾਜ਼ ਤੇ ਕਰ ਰਿਹਾ। ਔਰ ਇਹ ਦੱਸਣਯੋਗ ਹੈ ਵੀ ਜਸਵੰਤ ਸਿੰਘ ਖਾਲੜਾ ਜਿਹੜੇ ਮਨੁੱਖੀ ਅਧਿਕਾਰ ਸਭਾ ਦੇ ਆਗੂ, ਉਹਨਾਂ ਨੂੰ ਜਦੋਂ ਤਰਨ ਤਾਰਨ ਪੁਲਿਸ ਨੇ ਅਗਵਾ ਕਰਕੇ ਖਤਮ ਕਰ ਦਿੱਤਾ ਸੀ, ਤੇ ਉਸ ਮਾਮਲੇ ਦਾ ਵੀ ਖੁਲਾਸਾ ਪੰਜਾਬ ਪੁਲਿਸ ਦੇ ਐਸ ਪੀ ਓ ਨੇ ਕੀਤਾ ਸੀ, ਐਸ ਪੀ ਓ ਕੁਲਦੀਪ ਸਿੰਘ ਬਜੜੇ ਨੂੰ ਮੁੜ ਕੇ ਸੀ ਬੀ ਆਈ ਨੇ ਸਰਕਾਰੀ ਗਵਾਹ ਮੰਨ ਲਿਆ ਸੀ, ਔਰ ਸੀ ਬੀ ਆਈ ਦੀ ਗਵਾਹੀ ਤੋਂ ਬਾਅਦ ਹੀ ਇਸ ਮਾਮਲੇ ਉੱਤੇ ਜਿਹੜੇ ਵੱਖ ਵੱਖ ਦੋਸ਼ੀ ਆ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ 20 ਸਾਲ ਦੀ ਉਮਰ ਕੈਦ ਭੁਗਤ ਰਹੇ ਨੇ। ਧਰਮਵੀਰ ਬਹੁਤ ਬਹੁਤ ਧੰਨਵਾਦ ਹੈ ਪੂਰੀ ਜਾਣਕਾਰੀ ਦੇ ਲਈ। ਦੱਸ ਦਈਏ ਕਿ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਇਹ ਇਕਬਾਲ ਕੀਤਾ ਕਿ ਉਸਨੇ ਆਪਣੀ ਡਿਊਟੀ ਦੇ ਦੌਰਾਨ ਬਹੁਤ ਸਾਰੇ ਝੂਠੇ ਪੁਲਿਸ ਮੁਕਾਬਲਿਆਂ ਦੌਰਾਨ ਕਈ ਬੇਕਸੂਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ। ਸੁਰਜੀਤ ਸਿੰਘ ਨਾਮ ਦਾ ਇਹ ਪੁਲਿਸ ਅਧਿਕਾਰੀ ਦੱਸਦਾ ਕਿ ਉਹ 1993 ਦੇ ਸਾਲ ਵਿੱਚ ਪੁਲਿਸ 'ਚ ਇੱਕ ਸਿਪਾਹੀ ਦੇ ਤੌਰ ਤੇ ਭਰਤੀ ਹੋਇਆ ਸੀ, ਪਰ ਉਸ ਨੂੰ ਥਾਣਾ ਮਹਿਤਾ ਦਾ SHO ਲਾ ਦਿੱਤਾ ਗਿਆ। ਸੁਰਜੀਤ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਕਈ ਵੱਡੇ ਪੁਲਿਸ ਅਧਿਕਾਰੀਆਂ ਨੂੰ ਉਸ ਨੂੰ ਅਜਿਹਾ ਕਰਨ ਲਈ ਹੁਕਮ ਦਿੱਤੇ ਸਨ ਅਤੇ ਹੁਕਮਾਂ ਦੀ ਤਾਮੀਲ ਨਾ ਕਰਨ ਦੇ ਨਤੀਜੇ ਵਜੋਂ ਧਮਕਾਇਆ ਅਤੇ ਬਲੈਕਮੇਲ ਕੀਤਾ ਜਾਂਦਾ ਸੀ। ਸੁਰਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਬਦਲੇ ਉਸ ਨੂੰ ਸ਼ਾਬਾਸ਼ ਮਿਲਦੀ ਸੀ ਅਤੇ ਤਰੱਕੀਆਂ ਦਰ ਤਰੱਕੀਆਂ ਮਿਲਦੀਆਂ ਰਹੀਆਂ, ਪਰ ਸੁਰਜੀਤ ਸਿੰਘ ਨੂੰ ਇਸ ਗੱਲ ਦਾ ਬਾਅਦ 'ਚ ਪਤਾ ਚੱਲਿਆ ਕਿ ਤਰੱਕੀਆਂ ਦੇ ਬਾਅਦ ਵੀ ਉਹ ORP ਰੈਂਕ ਦਾ ਸਬ ਇੰਸਪੈਕਟਰ ਹੈ। ਹੁਣ ਦੁਖੀ ਹੋ ਕੇ ਇਸ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਮੀਡੀਆ ਦੇ ਸਾਹਮਣੇ ਪੱਤਰਕਾਰਾਂ ਦੇ ਸਾਹਮਣੇ ਇਹ ਖੁਲਾਸਾ ਕੀਤਾ ਕਿ ਉਸਨੇ 83 ਬੇਕਸੂਰ ਨੌਜਵਾਨਾਂ ਨੂੰ ਪਰਮਜੀਤ ਸਿੰਘ ਗਿੱਲ ਜਿਹੜੇ ਉਸ ਵੇਲੇ ਦੇ ਪੁਲਿਸ ਅਧਿਕਾਰੀ ਸਨ ਉਹਨਾਂ ਦੇ ਕਹਿਣ ਦੇ ਉੱਤੇ ਕਤਲ ਕੀਤਾ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫਾਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।